ਵਾਲੇਕੁਮ ਸੰਗਤ ਮੈਂ ਮਲਿਕ ਇਰਫਾਨ ਵਾਰਾਂ ਤੁਸੀਂ ਯੂਟਿਊਬ ਚੈਨਲ ਦੇਖਦੇ ਪਏ ਮੈਂ ਮਲਿਕ ਇਰਫਾਨ ਵਾਰਾਂ ਅੱਜ ਆਖਣੇ ਦੋਸਤਾਂ ਦੇ ਨਾਲ ਹੈਡਫੋਨ ਨਾਲ ਤੇ ਕਾਫੀ ਦਿਨਾਂ ਦੇ ਬਾਅਦ ਕਿਉਂਕਿ ਦੇਖਾਂ ਅਸਾਂ ਤੂੰ ਚਾਰਦੀ ਦੇਖਾਂ ਯੂਟਿਊਬ ਕੋਲ ਦੂਰ ਰਹੀ ਇਸੇ ਤੂੰ ਚਾਰਦੀ ਦੇ ਬਾਅਦ ਦੇਖਾਂ ਅੱਜ ਵੀਡੀਓ ਬਣੇ ਨੇ ਧਿਆਨ ਸਟਾਰਟ ਕਰਨੇ ਪਏ ਦੋਸਤ ਵਗੈਰਾ ਮੇਰੇ ਨਾਲ ਆਏ ਖੜੇ ਨੇ ਅਸਾਂ ਆਏ ਇਸੇ ਘੁੰਮਣ ਫਿਰਨ ਦੀ ਖਾਤਰ ਇੱਕ ਸਾਡਾ ਦੋਸਤ ਉੱਤੇ ਖੜ ਗਿਆ ਸੱਚੀ ਜਣੇ ਆਸੇ ਏਡੇ ਦੇ ਬਿਓਸ ਸਾਹਮਣੇ ਹੈਡਫੋਨ ਨਾਲ ਦਾ ਪੁੱਲ ਨਜ਼ਰ ਕਰਕੇ ਤੁਹਾਨੂੰ ਇਹ ਰੋਡ ਦੇ ਨਾਲ ਸਿੱਧਾ ਅਲੀਪੁਰ ਅਤੇ ਇਹ ਸਿੱਧਾ ਵੈਸੇ ਉਹ ਸ਼ਰੀਫ ਵਾਲੇ ਪਾਸੇ ਅਸੀਂ ਆਰਿਫ ਭਾਈ ਹਨ ਮਲਿਕ ਆਰਿਫ ਖਾਕੀ ਸਾਹਿਬ ਖਾਕੀ ਸਾਹਿਬ ਅਸੀਂ ਖੜੇ ਨੇ ਮਲਿਕ ਮਹਿਮੂਦ ਖਾਕੀ ਸਾਹਿਬ ਅਕਸਰ ਇਹਨੇ ਕੋਲ ਲੋਕ ਆਦੇ ਨੇ ਕਿਆ ਆਦੇ ਨੇ ਪਤਾ ਨਹੀਂ ਇਹ ਵੱਡੇ ਬਾਲ ਜਿਹੜਾ ਕੋਈ ਵਧੇ ਨੇ ਜਵਾਨ ਤਾਂ ਦੇਖਣ ਜਿਹੜੇ ਜੱਟ ਜਾਤ ਦੇ ਲੋਕ ਹੈ ਉਹ ਇਹਨਾਂ ਨਾਲ ਖਿਲਾਂ ਕਰਨ ਆਦੇ ਦੇਖੋ ਇਹ ਰਨ ਆਇਆ ਨਜ਼ਰ ਤੇ ਵੀ ਪਰੇ ਕੋਲ ਹੁਣ ਕੋਈ ਇੱਕ ਪਤਾ ਕਹਿਣੀ ਜੋ ਕਿਹਾ ਹੈ ਤਾਂ ਕਿਆ ਨਹੀਂ ਲੇਕਿਨ ਇਹ ਜਿਹੜਾ ਨਜ਼ਦੀਕ ਬੰਦਾ ਰਹੇ ਤਾਂ ਦੇਖੋ ਇਹਨਾਂ ਦਾ ਡਾੜਿਆਂ ਵੀ ਹਨ ਮੁੱਛਾਂ ਵੀ ਹਨ ਸੋਹਣੇ ਸੋਹਣੇ ਛੁਆਰੇ ਇਹ ਕੁਦਾ ਦੇਖਦੇ ਪਏ ਉਸ ਤੋਂ ਫੁਲਾ ਕੁਲਾ ਛੁਆਰੇ ਅਗਰ ਇਹ ਮੁੱਛਾਂ ਨਾ ਹੋਵੇ ਤਾਂ ਮੈਂ ਕੋਈ ਰਨ ਹੈ ਇਹ ਕੁਦਾ ਤੁਸੀਂ ਜਾਣਦੇ ਹੋ ਸੁਹਾਨੀ ਬਈ ਹਨ ਬਈ ਬੇਸਿਆਲ ਹੈ ਇਹ ਸ਼ਹਾਦ ਬਈ ਹਨ ਬਈ ਇਰਫਾਨ ਬਈ ਮੈਂ ਆਸ਼ਿਕ ਸੀ ਮੈਂ ਦੱਸ ਰਿਹਾ ਤੂੰ ਸਾਡਾ ਪਹਿਲਾ ਡੇਟ ਕਿੱਥੇ ਨਾ ਸਾਡੇ ਬਿਰਾ ਹਨ ਅਸਾਂ ਆਸ਼ਿਕ ਨਹੀਂ ਹਿੰਦੇ ਅੱਛਾ ਵਿਆਹ ਸੰਗਾ ਠੀਕ ਹੋ ਤਾਂ ਵੈਸੇ ਠੀਕ ਹੈ ਕਾਫੀ ਦਿਹਾਂ ਤੂੰ ਅਸਾਂ ਦੇਖਾਂ ਯੂਟਿਊਬ ਕੋਲ ਦੂਰ ਆਸੇ ਕਿਉਂਕਿ ਥੋੜ੍ਹਾ ਮਸਲਾ ਬੜ ਗਿਆ ਸੀ ਮੇਰੇ ਕੋਲ ਅਸਾਂ ਵੀਡੀਓ ਬੜਾਈ ਕਿਉਂ ਨਹੀਂ ਚੈਨਲ ਕੋਲ ਸਬਸਕ੍ਰਾਈਬ ਵੀ ਕਰ ਖੜੋ ਕਿਉਂਕਿ ਮੇਰੀ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹਿਲੇ ਆਵੇ ਖਸੂਸਾਂ ਸਾਡੇ ਦੇਖਾਂ ਓਵਰਸੀਜ਼ ਪਾਕਿਸਤਾਨੀ ਜਿਹੜੇ ਦੇਖਾਂ ਦੂਰ ਰਾਮਿਨ ਔਰ ਮੈਂ ਵੀਡੀਓ ਹੁਣ ਵਾਸਤੇ ਬੜੇ ਨਾ ਅਕਸਰ ਮੇਰੇ ਕੋਲ ਬੰਦੇ ਆਦਨ ਕਿਉਂਕਿ ਤੂੰ ਬੜਾ ਉਰਦੂ ਦੇ ਵਿੱਚ ਉਰਦੂ ਜ਼ਬਾਨ ਦੇ ਵਿੱਚ ਅਕਸਰ ਦੇਖਾਂ ਵੀਡੀਓ ਦੇਖਾਂ ਹਰ ਪਾਸੇ ਚੱਲਦੀ ਹੈ ਮੈਂ ਕਹਿੰਦਾ ਕਿਉਂਕਿ ਸਾਡੀ ਇਹ ਸਰੈਕੀ ਜ਼ਬਾਨ ਮੈਂ ਸਰੈਕੀ ਦੇ ਵਿੱਚ ਵੀਡੀਓ ਬੜੇ ਸਾਹਮਣੇ ਤੂੰ ਦੇਖਾਂ ਪਸੰਦ ਦੀ ਸਰੈਕੀ ਹੈ ਦੇਖਦੇ ਪਿਓ ਉਸ ਦਰਿਆ ਬੈਕ ਸਾਈਡ ਤੋਂ ਦਰਿਆ ਹੈ ਦਰਿਆ ਦੇ ਉਛਾਲੀ ਦੇਖਦੇ ਪਿਓ ਉਸ ਕਿਵੇਂ ਦੇਖਾਂ ਦਰਿਆ ਦੇਖਾਂ ਉਛਾਲਿਆ ਮਰੇ ਨਾ ਪਏ ਦੇਖੋ ਪਾਣੀ ਉਛਾਲਿਆ ਕਿਵੇਂ ਮਰੇ ਨਾ ਪਏ ਇਹ ਮੈਂ ਟੱਪੇ ਖਾਂਦੀ ਪਈ ਪਾਣੀ ਹਾਏ ਸ਼ਾਬਾਸ਼ ਜੀ ਉਹ ਸਾਹਮਣੇ ਸੰਗਾ ਦੇਖਦੇ ਪਿਓ ਉਸ ਦੇਖਾ ਪੁੱਲ ਹੈਡ ਪੰਜਨਾਨ ਪੁੱਲ ਇਹ ਸਾਹਮਣੇ ਪਾਰਕ ਦੀ ਗਈ ਫੌਜੀ ਪਾਰਕ ਇਹ ਪੁਰਾਣਾ ਪਿੱਪਲ ਹੈ ਪਿੱਪਲ ਦਾ ਦਰਖਤ ਹੈ ਪੁਰਾਣਾ ਕਮ ਅਜ਼ ਕਮ ਅਸਾਂ ਦੇਖਾਂ 7-8 ਸਾਲ ਦੇ ਆਸੇ ਤੇ ਆਉਣ ਪਏ ਸੀ ਤੇ ਇਹ ਦੇਖਣ ਪਏ ਸੀ ਇਹ ਦਰਖਤ ਉਵੇਂ ਹੀ ਇਹ ਪੁੱਲ ਦੀ ਰੂਟੀਨ ਦੇਖ ਸੋ ਤੱਕ ਪੁੱਲ ਦੀ ਰੂਟੀਨ ਕਹਿੰਦੇ ਪਏ ਸੰਗਾ ਪੁੱਲ ਦੇ ਉੱਤੋਂ ਦੇਖ ਟ੍ਰੈਫਿਕ ਰਵਾਂ ਦਵਾਂ ਇਹ ਪਾਣੀ ਦੀ ਸ਼ੋਖੀ ਹੈ ਕਿਉਂਕਿ ਹੁਣ ਪਾਣੀ ਕੋ ਜ਼ੋਰ ਹੈ ਬਾਰਿਸ਼ਾਂ ਵਗੈਰਾ ਪੂਰੇ ਪਾਕਿਸਤਾਨ ਨੇ ਤੇ ਨਾ ਉਹਦੀ ਵਜ੍ਹਾ ਕੋਲ ਇਹ ਪਾਣੀ ਕੋ ਦੇਖ ਜ਼ੋਰ ਹੈ ਅਸਾਂ ਹੁਣ ਵਹਿੰਦੇ ਹਾਂ ਤਕਰੀਬਨ ਮੱਛੀ ਖਾਣੀ ਹੈ ਮੱਛੀ ਖਾਸੂ ਤੇ ਵਾਲਾ ਅਸਾਂ ਉੱਥਾਂ ਹੀ ਵਾਂਦੇ ਦੇਖਾਂ ਥੋੜ੍ਹੀ ਜਿਹੀ ਵੀਡੀਓ ਬਣਾਉਣੀ ਹੈ ਹੈਡ ਪੰਜਨਾਨ ਦਾ ਜਿਹੜਾ ਸਾਡਾ ਟੂਰ ਹੈ ਅਸਾਂ ਉਹ ਦੇਖਾ ਕਰਦੇ ਪਏ ਹਾਂ ਅੱਜ ਵਗੈਰਾ ਬਾਪ ਜਿਹੜਾ ਛੁੱਟੀਆਂ ਜਿਵੇਂ ਆਉਂਦੇ ਨੇ ਈਦ ਵਗੈਰਾ ਜਾਂ ਤਾਂ ਵਾਲਾ ਇਹ ਜਿਹੜਾ ਰਲਦੇ ਆਉਂਦੇ ਹੈਡ ਪੰਜਨਾਨ ਦੇ ਘੁੰਮਣ ਦੀ ਖਾਤਰ ਤੇ ਇਹ ਉਹ ਪੁਆਇੰਟ ਹੈ ਤੁਹਾਨੂੰ ਪੂਰੀ ਲੋਕੇਸ਼ਨ ਦਿਖਾਉਂਦੇ ਪਏ ਹਾਂ ਹੈਡ ਪੰਜਨਾਨ ਦੀ ਲੋਕੇਸ਼ਨ ਦੀ ਲਿੰਕ ਦੇ ਵਿੱਚ ਹੋ ਸੇ ਇਹ ਅਨੀਸ ਭਾਈ ਹਨ ਇਹ ਸਾਹਮਣੇ ਫੌਜੀ ਪਾਰਕ ਹੈ ਮਸ਼ਹੂਰ ਹੁੰਦੀ ਹੈ ਹੁਣ ਤਾਂ ਸੈਰੋ ਤਫਰੀ ਦੀ ਖਾਤਰ ਆਵਾਮ ਕੰਮ ਆਉਣ ਪੈ ਗਈ ਲੇਕਿਨ ਪਹਿਲੇ ਕਾਫੀ ਸਾਰੀਆਂ ਆਉਂਦੀਆਂ ਹੈਡ ਪੰਜਨਾਨ ਦੇ ਉੱਤੇ ਹੈਡ ਪੰਜਨਾਨ ਇੱਕ ਮਸ਼ਹੂਰ ਅਸਾਂ ਹੁਣ ਦੇਖਾਂ ਮੱਛੀ ਦਾ ਆਰਡਰ ਦਿੱਤੇ ਸੀ ਮੱਛੀ ਦਾ ਆਰਡਰ ਦਿੱਤੇ ਸੀ ਇਹ ਕਾਕੇ ਦੀ ਦੁਕਾਨ ਹੈ ਹੈਡ ਪੰਜਨਾਨ ਤੇ ਇਹ ਦੇਖਾ ਪੁਆਇੰਟ ਹੈ ਮੱਛੀ ਦਾ ਜਿੱਥੇ ਅਗਰ ਅਸਾਂ ਦੇਖਾਂ ਹੁਣ ਮੱਛੀ ਦਾ ਆਰਡਰ ਦਿੱਤੇ ਹੁਣ ਬਾਹਦੇ ਪਏ ਹਾਂ ਮੱਛੀ ਪੜਦੇ ਸਾਡੇ ਕੋਲ ਆਸੇ ਸੱਚੇ ਅ ਫਿਊ ਮੋਮੈਂਟਸ ਲੇਟਰ ਸੰਡਾ ਦਾ ਸਮੇਂ ਦੇ ਪਏ ਆਪਣਾ ਸੀ ਪੈਕ ਤੇ ਸੀ ਪੈਕ ਤੇ ਸਾਡਾ ਦੇਖਾ ਹਾਂ ਬੁਲੇਰ ਸਈਨ ਸੌਦੇ ਅਰਬੀ ਜੂ ਦੇਖਾਂ ਆਉਂਦੇ ਪਿੰਡ ਦੇਖਾਂ ਰਾਤ ਕਰਾਚੀ ਲੱਤੇ ਤਕਰੀਬਨ 2-3 ਵਜੇ ਵਾਲਾ ਉੱਥੇ ਰੈਸਟ ਕੀਤੇ ਨੇ ਉਦੋਂ ਸਵੇਰੇ 9-10 ਵਜੇ ਦੇਖਾਂ ਗੱਡੀ 'ਤੇ ਬੈਠੇ ਨੇ ਉਹ ਹੁਣ ਤਕਰੀਬਨ ਘੰਟੇ ਤੋਂ ਅੱਧੇ ਘੰਟੇ ਦੇ ਅੰਦਰ ਦੇਖਾਈ ਦੇ ਉਹ ਸ਼ਰੀਫ ਇੰਟਰਚੇਂਜ ਦੇ ਆਲਾ ਸਨ ਅਸਾਂ ਉੱਥਾਂ ਉਹਨਾਂ ਕੋਲ ਰਸੀਵ ਕਰਾਵੇ ਵੈਸੇ ਸਾਡੇ ਨਾਲ ਦੋ ਵਿੱਚ ਕਾਰਾਂ ਆਉਂਦੇ ਪਿੰਡ ਅਸਾਂ ਮੇਰੇ ਵੈਸੇ ਬਾਈਕ ਦੇ ਉੱਤੇ ਬਾਈਕ ਸਾਡੇ ਕੋਲ ਤਕਰੀਬਨ 3-4 ਵਜੇ ਦੇ ਪਿੰਡ ਇਹ ਦੇਖਦੇ ਪਏ ਉਸ ਮੇਰੇ ਬੈਕ ਸਾਈਡ ਤੋਂ ਮੌਲਾਨਾ ਤੈਰ ਜ਼ਮਾਨ 7 ਅਤੇ ਕਾਰੀ ਗੁਲਾਮ ਹੁਸੈਨ ਸਾਹਿਬ ਨੇ ਤਾਂ ਹੁਣ ਕੋਲ ਪਿੱਛੂ ਗਿਆ ਵੀ ਇੱਕ ਮੋਟਰਸਾਈਕਲ ਹੈ ਅਜਾ ਨੂੰ ਮੋਟਰਸਾਈਕਲ ਬੇਬੀ ਬੈਕਅਪ ਦੇ ਵਿੱਚੋਂ ਆਉਂਦੇ ਪੈਂਦੇ ਅਸੀਂ ਮੇਰੇ ਵੈਸੇ ਸੀ ਬੈਕ ਦੇ ਉਹਨਾਂ ਕੋਲ ਰਸੀਵ ਕਰਾਉਣਾ ਸੰਗਤ ਵੀ ਹਾਲ ਲੋ ਠੀਕ ਹੋ ਤਾਂ ਵੈਸੇ ਆ ਠੀਕ ਹੈ ਦੇਖੋ ਇਸ ਸੰਗਤ ਕਮੈਂਟ ਸੇ ਦੱਸੋ ਇਹ ਅਬਦੁਲ ਰਹਿਮਾਨ ਦੀ ਦਾੜੀ ਚਿੱਟੀ ਜੀ ਇਹ ਕੀ ਲਾਵੇ ਇਹ ਪ੍ਰਸ਼ਾਦ ਸੰਗਤ ਦੇ ਜੀ ਹੋਂ ਭਾਈ ਹਮਦਾ ਲਾ ਉਹ ਨਾ ਭਾਈ ਹਮਦਾ ਦਾ ਸ਼ੇਖ ਹੋ ਦੇ ਵਾਲਾ ਕੋਲ ਸਹੀ ਹੈ ਇਹ ਕਹੀਂ ਦਾ ਬੰਦਾ ਪੇ ਦੇਖੋ ਇਹ ਮੇਰੇ ਖਿਆਲ ਮਸ਼ਹੂਰ ਦਾ ਫੋਨ ਜ਼ੇਰਾ ਨਹੀਂ ਚੱਲਦਾ ਪਿਆ ਇਹ ਦੇਖੋ ਸੇ ਇਹ ਅਲੀ ਦੇ ਤਹਿਰ ਜ਼ਮਾਨ ਵੇ ਦੇ ਪੈਨ ਤੁਸੀਂ ਅੱਗੂ ਆ ਕੇ ਵੇ ਕਨਵੇ ਨਹੀਂ ਡਾਣਾ ਛੇੜਾ ਓਏ 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 ਇਹ ਸੰਗਤ ਦੇ ਹੀ ਮੈਂ ਗਾਲ ਆਈ ਕੋਈ ਨਾ ਉਹ ਅਸਾਂ ਕਰੇ ਦੇ ਪਿਆ ਸੇ ਉਹ ਪਿੱਛੂ ਦੇ ਕਬੇ ਵੀ ਛੁਆਰਾਂ ਦੇ ਪੈਨ ਅਸਾਂ ਵੀਡੀਓ ਬਣੇ ਨੇ ਵੀਡੀਓ ਸੱਚ ਬਣਾਉਣ ਦਾ ਮਕਸਦ ਹੀ ਹੋਈ ਜੋ ਦੇਖਾਂ ਸੈਰ ਉਹ ਤਫਰੀ ਦੀ ਬਣੇ ਤੇ ਦੇਖੇ ਇੰਟਰਨੈਟ ਦੀ ਬਣੇ ਦਿਲ ਸਾਡਾ ਥੋੜਾ ਖੁਸ਼ ਦੀ ਬਣੇ ਉਦਾਸ ਤੇ ਰਤਿਆ ਵਧਾਈ ਅਸਾਂ ਹੁੰਦੀ ਖਾਤਰ ਇਹ ਵੀਡੀਓ ਬਣਾਉਣ ਦਾ ਸਾਰਾ ਮਕਸਦ ਹੀ ਹੋਣੇ ਕਿਉਂਕਿ ਦੇਖਾਂ
ਜਿਹੜਾ ਤਲਬ ਸੇਬ ਹੁੰਦੇ ਉਹ ਸਾਰੀ ਵੀਡੀਓ ਦੇ ਦੇ ਵਾਲਾ ਉਹ ਖੁਸ਼ ਦਿਨ ਆਖਰ ਦਾ ਮਕਸਦ ਹੈ।